ਪੰਜਾਬ ਦੇ ਬਹੁਤ ਸਾਰੇ ਇਮੀਗ੍ਰੇਸ਼ਨ ਠੱਗ ਨੇ ਇਮੀਗ੍ਰੇਸ਼ਨ ਠੱਗਾਂ ਕਰਕੇ 700 ਬੱਚਾ ਉਹਨਾਂ ਦਾ ਭੁਖਦਾ ਤੇ ਲੱਗਾ ਹੋਇਆ ਕੈਨੇਡਾ ਦੇ ਵਿੱਚ ਉਹਦੇ ਕੈਨੇਡੀਅਨ ਸਰਕਾਰ ਦੀ ਮਿਹਰਬਾਨੀ ਹੈ ਕਿ ਹਲੇ ਡਿਪੋਰਟ ਨਹੀਂ ਕੀਤਾ ਜਾ ਰਿਹਾ ਲੇਕਿਨ ਜਿੱਥੇ ਕੈਨੇਡੀਅਨ ਸਰਕਾਰ ਦੀ ਮਿਹਰਬਾਨੀਆਂ ਉਥੇ ਪੰਜਾਬ ਸਰਕਾਰ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਖਾਸ ਕਰਕੇ ਪੰਜਾਬ ਪੁਲਿਸ ਤੇ ਕਿ ਆਖਰ ਜੇ ਜਿਸ ਬਾਰੇ ਕੈਨੇਡੀਅਨ ਗਵਰਨਮੈਂਟ ਲਿਖ ਚੁੱਕੀ ਆ ਔਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਲੰਧਰ ਦਾ ਉਹ ਕਿਹੜਾ ਬੰਦਾ ਜਿਨੇ ਫਰਜੀ ਡਾਕੂਮੈਂਟ ਬਣਾ ਕੇ ਫਰਜੀ ਦਸਤਾਵੇਜ਼ ਬਣਾ ਕੇ ਬੱਚਿਆਂ ਦੇ ਨਾਲ ਵੀ ਖਲਵਾੜ ਕੀਤਾ ਬੱਚਿਆਂ ਦੇ ਨਾਲ ਉਹਨੇ ਮਾਪਿਆਂ ਦੇ ਨਾਲ ਖਲਵਾੜ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਉਹਨਾਂ ਦੇ ਨਾਲ ਖਲਵਾੜ ਕੀਤਾ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਹਲੇ ਤੱਕ ਉਸ ਠੱਗ ਦੇ ਖਿਲਾਫ ਪਰਚਾ ਕਿਉਂ ਨਹੀਂ ਦਰਜ ਕੀਤਾ ਇਸ ਮਸਲੇ 'ਚ ਵਿਧਾਨ ਸਭਾ ਦੇ ਸਪੈਸ਼ਲ اجلاس ਦੌਰਾਨ ਬਾਰ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਰजेश ਮਿਸ਼ਰਾ ਦਾ ਨਾਮ ਲਿਆ ਸੀ ਵਰजेश ਮਿਸ਼ਰਾ ਬਿਹਾਰ ਦਾ ਰਹਿਣ ਵਾਲਾ ਪੰਜਾਬ ਦੇ ਵਿੱਚ ਉਹਦੇ ਕਈ ਇਮੀਗ੍ਰੇਸ਼ਨ ਚੱਲਦੇ ਨੇ ਉਹਦੇ ਉਹਦੇ ਵੱਲੋਂ ਹੀ ਬੱਚਿਆਂ ਦੇ ਨਾਲ ਠੱਗੀਆਂ ਮਾਰੀਆਂ ਗਈਆਂ ਯਾਲੀ ਦਸਤਾਵੇਜ਼ ਬਣਾਏ ਗਏ ਨੇ ਲੇਕਿਨ ਹਾਲੇ ਤੱਕ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਉਹਦੇ ਖਿਲਾਫ ਕਾਰਵਾਈ ਨਹੀਂ ਕੀਤੀ ਇਹ ਗੱਲ ਬਹੁਤ ਹੀ ਮਾੜੀ ਜਾਪਦੀ ਆ ਸਭ ਤੋਂ ਵੱਡੀ ਗੱਲ ਕਿ 700 ਦੇ ਕਰੀਬ ਜਿਹੜੇ ਬੱਚੇ ਜਿਨ੍ਹਾਂ ਨੇ ਉੱਥੇ ਜਾ ਕੇ ਮਿਹਨਤਾਂ ਕੀਤੀਆਂ ਜਦੋਂ ਪੀਆਰ ਵਾਸਤੇ ਅਪਲਾਈ ਕੀਤਾ ਤੇ ਪਤਾ ਲੱਗਾ ਜਿਹੜੇ ਦਸਤਾਵੇਜ਼ ਨੇ ਉਹ ਸਾਰੇ ਝਾਲੀ ਨੇ ਫਰਜੀ ਨੇ ਫੇਕ ਨੇ ਤੇ ਇੱਕ ਇੱਕ ਬੱਚੇ ਕੋਲੋਂ 20-20 ਲੱਖ ਰੁਪਈਆ ਲਿਆ ਤੇ ਜੇ 700 ਬੱਚਿਆਂ ਦੇ ਨਾਲ ਗੁਣਾ ਕਰ ਲਈਏ 20 ਲੱਖ ਨੂੰ ਤੇ ਘੱਟੋ-ਘੱਟ 1.5 ਕਰੋੜ ਰੁਪਈਆ ਬਣ ਜਾਂਦਾ ਹੈਗਾ ਤੇ ਇਸ 1.5 ਕਰੋੜ ਠੱਗ ਨੇ ਜਿਸ ਨੇ 1.5 ਕਰੋੜ ਦੀ ਠੱਗੀ ਮਾਰੀ ਮਾਨਸਿਕ ਪੀੜਾ ਚ ਲੀ ਬੱਚਿਆਂ ਨੇ ਮਾਪਿਆਂ ਨੇ ਉਹਦੇ ਖਿਲਾਫ ਹੱਲੇ ਤੱਕ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ 1 ਮਹੀਨਾ ਵੀ ਟੱਪ ਗਿਆ ਲੇਕਿਨ ਪੰਜਾਬ ਪੁਲਿਸ ਦੇ ਸਦਕੇ ਜਾਈਏ ਉਹਨਾਂ ਨੇ ਖਾਸ ਕਰਕੇ ਪੰਜਾਬ ਦੇ ਡੀਜੀਪੀ ਨੂੰ ਇਸ ਮਸਲੇ ਦੇ ਵਿੱਚ ਸਿਰਦਰਦੀ ਲੈਣੀ ਚਾਹੀਦੀ ਸੀ ਕਿ ਘੱਟੋ ਘਾਟਾ ਵਰਜੇਸ਼ ਮਿਸ਼ਰਾ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਲੇਕਿਨ ਪੰਜਾਬ ਪੁਲਿਸ ਨੇ ਪਰਚਾ ਨਹੀਂ ਦਰਜ ਕੀਤਾ ਗਿਆ ਐਨਆਰਆਈ ਮੰਤਰੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਰੋਜ਼ ਬੜਕਾ ਮਾਰਦੇ ਹੁੰਦੇ ਸੀ ਮੜਕ ਦੇ ਨਾਲ ਚੁਲਦੇ ਚਲਦੇ ਸੀ ਤੇ ਰੜਕ ਰੱਖਦੇ ਸੀ ਉਹਨਾਂ ਦੀ ਮੜਕ ਵੀ ਗਵਾਜ ਗਈ ਰੜਕ ਵੀ ਗਵਾਜ ਗਈ ਤੇ ਬੜਕ ਵੀ ਗਵਾਜ ਗਈ ਉਹ ਕੈਨੇਡੀਅਨ ਗਵਰਨਮੈਂਟ ਨੂੰ ਚਿੱਠੀਆਂ ਲਿਖ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਭਾਰਤ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਨੇ ਲੇਕਿਨ ਉਹਨਾਂ ਨੇ ਪੰਜਾਬ ਪੁਲਿਸ ਨੂੰ ਚਿੱਠੀ ਨਹੀਂ ਲਿਖੀ ਡੀਜੀਪੀ ਨੂੰ ਜਾਂ ਜਲੰਧਰ ਪੁਲਿਸ ਨੂੰ ਚਿੱਠੀ ਨਹੀਂ ਲਿਖੀ ਜਿੱਥੇ ਵਰਜੇਸ਼ ਮਿਸ਼ਰਾ ਦੇ ਪੰਜਾਬ ਦੇ ਵਿੱਚ ਸੈਂਟਰ ਨੇ ਉਸ ਮਸਲੇ ਦੇ ਵਿੱਚ ਚਿੱਠੀ ਨਹੀਂ ਲਿਖੀ ਆ ਗਈ ਸਿੱਧਾ ਸੰਪਰਕ ਕਿਸ ਦੇ ਨਾਲ ਕਰ ਰਹੇ ਨੇ ਜਸਟਨ ਟਰੂਡੋ ਨਾਲ ਉਹਨਾਂ ਨੂੰ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨਹੀਂ ਸਾਹਬ ਨਹੀਂ ਲੱਭ ਰਹੇ ਜਾਂ ਜਲੰਧਰ ਦੇ ਸੀਪੀ ਸਾਹਬ ਨਹੀਂ ਲੱਭ ਰਹੇ ਹੈਗੇ ਤੇ ਜਾਂ ਫਿਰ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਬ ਨਹੀਂ ਲੱਭਦੇ ਹੈਗੇ ਜਸਟਨ ਟਰੂਡੋ ਨੂੰ ਜਾਂ ਜਿਹੜੇ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਆ ਗਏ ਨੇ ਉਹਨਾਂ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਲੇਕਿਨ ਪੰਜਾਬ ਪੁਲਿਸ ਨੂੰ ਚਿੱਠੀਆਂ ਨਹੀਂ ਲਿਖੀਆਂ ਜਾ ਰਹੀਆਂ ਪੰਜਾਬ ਪੁਲਿਸ ਦੀ ਕੋਈ ਜਵਾਬ ਤਲਬੀ ਨਹੀਂ ਹੈ ਜਲੰਧਰ ਪੁਲਿਸ ਦੀ ਕੋਈ ਜਵਾਬ ਤਲਬੀ ਨਹੀਂ ਹੈ ਕਿ ਜਿਹੜੇ ਬੱਚਿਆਂ ਦੇ ਨਾਲ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ ਵਰਜੇਸ਼ ਮਿਸ਼ਰਾ ਕਿੱਥੇ ਨੇ ਕਿੱਥੇ ਫਰਾਰ ਨੇ ਫਰਾਰ ਹੋਊਗਾ ਭੱਜ ਗਿਆ ਹੋਊਗਾ ਬਿਹਾਰ ਚਲ ਗਿਆ ਹੋਊਗਾ ਲੇਕਿਨ ਘੱਟੋ ਘੱਟ ਉਹਦੇ ਪਰਚਾ ਦਰਜ ਤੇ ਹੋ ਸਕਦਾ ਉਹਦੇ ਉੱਤੇ ਦਫਤਰ ਹੈ ਦਫਤਰ ਤਸਦੀਲ ਕੀਤੇ ਜਾ ਸਕਦੇ ਨੇ ਇਸ ਮਸਲੇ ਜੇ ਦੱਸਿਆ ਜਾ ਰਿਹਾ ਕੋਈ 170 ਦੇ ਕਰੀਬ ਨੇ ਪੰਜਾਬ ਚ ਜਿਹੀਆਂ ਠੱਗਾਂ ਦੀਆਂ ਕੰਪਨੀਆਂ ਇਮੀਗ੍ਰੇਸ਼ਨ ਜਿਹੜੇ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਠੱਗਦੇ ਨੇ 20-20 ਲੱਖ ਰੁਪਏ 25-25 ਲੱਖ ਰੁਪਏ ਲੈ ਰਹੇ ਨੇ ਝੂਠੇ ਕਾਗਜ਼ ਬਣਾਏ ਜਾ ਰਹੇ ਨੇ ਝਾਲੀ ਦਸਤਾਵੇਜ਼ ਬਣਾਏ ਜਾ ਰਹੇ ਆ ਕਿ ਨਹੀਂ ਮੂੰਹ ਮੰਗੀ ਕੀਮਤ ਲਈ ਜਾ ਰਹੀ ਆ ਤੇ ਫਿਰ ਸੁੱਟਿਆ ਜਾਂਦਾ ਉੱਥੇ ਬੱਚਿਆਂ ਨੂੰ ਤੇ ਜਦ ਬੱਚੇ ਅਪਲਾਈ ਕਰਦੇ ਨੇ ਤੇ ਫਾਈਲਾਂ ਜਦ ਚੈੱਕ ਹੁੰਦੀਆਂ ਨੇ ਸਾਰਾ ਫਰਜੀ ਦਸਤਾਵੇਜ਼ ਨਿਕਲ ਜਾਂਦਾ ਇੰਨਾ ਲੋਕਾਂ ਕਰਕੇ ਬ੍ਰਿਜ ਮਿਸ਼ਰਾ ਲੋਕਾਂ ਕਰਕੇ ਪੰਜਾਬੀਆਂ ਦੀ ਜਿਹੜੀ ਵਿਦੇਸ਼ਾਂ ਵਿੱਚ ਇੱਜ਼ਤ ਦਾਅਤ ਲੱਗਿਆ ਕਿ ਪੰਜਾਬੀ ਯਾਲੀ ਦਸਤਾਵੇਜ਼ ਬਣਾ ਕੇ ਬਾਹਰ ਆ ਰਹੇ ਨੇ ਐਨ ਆਰ ਆਈ ਮੰਤਰੀ ਫੋਨ ਨਹੀਂ ਚੱਕਦੇ ਪੰਜਾਬ ਪੁਲਿਸ ਫੋਨ ਨਹੀਂ ਚੱਕਦੀ ਹੈਗੀ ਇਸ ਮਸਲੇ ਦੇ ਵਿੱਚ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਸੀ ਉਹਨਾਂ ਕੋਲ ਗ੍ਰਹਿ ਵਿਭਾਗ ਦੀ ਵੀ ਜ਼ਿੰਮੇਵਾਰੀ ਹੈ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਨਾ ਵੀ ਸੂਬੇ ਦੇ ਮੁੱਖ ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਦੇ ਨਾਲ ਬੱਚਿਆਂ ਦੇ ਨਾਲ ਨੌਜਵਾਨਾਂ ਦੇ ਨਾਲ ਸਭ ਤੋਂ ਵੱਧ ਜੇ ਕੋਈ ਪਿਆਰ ਕਰ ਰਿਹਾ ਇਸ ਸਮੇਂ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰ ਰਹੇ ਨੇ ਉਹ ਦੇ ਕਹਿ ਰਹੇ ਕਿ ਮੈਂ ਬੱਚਿਆਂ ਨੂੰ ਬਾਹਰ ਨਹੀਂ ਜਾਂਦੇ ਨਾ ਬੱਚਿਆਂ ਨੂੰ ਇੱਥੇ ਰੋਜ਼ਗਾਰ ਦੇ ਪੈਦਾ ਮੌਕੇ ਪੈਦਾ ਕਰਨੇ ਨੇ ਟ੍ਰੇਨਡ ਕਰਨਾ ਹੈਗਾ ਹਾਂਡ ਦਾ ਬਣਾਉਣਾ ਹੈਗਾ ਬਾਹਰੋਂ ਵੀ ਆਪਾਂ ਗੋਰੇ ਇੱਥੇ ਕੰਮ ਕਰਨ ਵਾਸਤੇ ਲਿਆਵਾਂਗੇ ਪਰ ਉਹਨਾਂ ਨੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਬਤੌਰ ਮੁੱਖ ਮੰਤਰੀ ਨਾ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਦੀ ਕੀਤੀ ਨਾ ਐਨਆਰਆਈ ਵਿਭਾਗ ਦੀ ਜ਼ਿੰਮੇਵਾਰੀ ਕੀਤੀ ਕਿ ਆਖਰ ਤੁਸੀਂ ਕਰ ਕਿਉਂ ਨਹੀਂ ਕੀ ਕਰ ਰਹੇ ਹੋ ਬਰਜੇਸ਼ ਮਿਸ਼ਰਾ ਕਿਉਂ ਨਹੀਂ ਫੜਿਆ ਜਾ ਰਿਹਾ ਹੈਗਾ ਇਹ ਸਭ ਤੋਂ ਵੱਡੀ ਮਾੜੀ ਗੱਲ ਲੱਗਦੀ ਹੈ ਸਰਕਾਰ ਦੀ ਖਾਸ ਕਰਕੇ ਪੁਲਿਸ ਮਹਿਕਮੇ ਦੀ ਪਿੱਛੇ ਜੇ ਇੱਕ ਟੀਵੀ ਦੇ ਚੈਨਲ ਦੇ ਪ੍ਰੋਗਰਾਮ ਦੌਰਾਨ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਗੱਲਾਂ ਬਾਤਾਂ ਖੁੱਲੀਆਂ ਹੋ ਰਹੀਆਂ ਸੀ ਇਮੀਗ੍ਰੇਸ਼ਨ ਵਾਲੇ ਉੱਠ ਕੇ ਕਹਿੰਦੇ ਆ ਗਏ ਨੇ ਕਿ ਤਾਨਾ ਸ਼ੁਕਰ ਹੈ ਮਿਹਰਬਾਨੀ ਆ ਰੱਬਾ ਤੁਸੀਂ ਆ ਗਏ ਉਹ ਭਗਵੰਤ ਮਾਨ ਸਾਹਿਬ ਸਾਨੂੰ ਤਾਂ ਪੁਲਿਸ ਵਾਲੇ ਨੋਚਦੇ ਸੀ ਉਹ ਪੁਲਿਸ ਵਾਲੇ ਨੋਚਦੇ ਸੀ ਕਿਉਂਕਿ ਤੁਸੀਂ ਲੋਕਾਂ ਨੂੰ ਠੱਗੀਆਂ ਮਾਰਦੇ ਸੀ ਇਸ ਮਸਲੇ ਦੇ ਵਿੱਚ ਤੇ ਸ਼ਾਇਦ ਇਸੇ ਕਰਕੇ ਅੱਜ ਤੁਸੀਂ ਬਚ ਗਏ ਹੋ ਇਹ ਵਰਜੇਸ਼ ਮਿਸ਼ਰਾ ਵਰਗੇ ਲੋਕ ਬਚ ਗਏ ਨੇ ਪਰਚਾ ਦਰਜ ਨਹੀਂ ਹੋਇਆ ਫਰਾਰ ਨੇ ਬਿਹਾਰ ਤੋਂ ਆ ਕੇ ਪੰਜਾਬ ਦੇ ਵਿੱਚ ਬਿਜ਼ਨਸ ਕਰ ਰਹੇ ਨੇ ਤੇ ਪੰਜਾਬ ਪੁਲਿਸ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਵਿੱਚ ਉਹ ਕੌਣ ਵੱਡੇ ਆਕਾ ਨੇ ਬਰਜੇਸ਼ ਮਿਸ਼ਰਾ ਦੇ ਕੌਣ ਇਹਦੇ ਮਾਈ ਬਾਪ ਨੇ ਕਿੰਨਾ ਨੂੰ ਚੜਾਵਾ ਚੜਦਾ ਤੇ ਜਿਸ ਕਰਕੇ ਬਰਜੇਸ਼ ਮਿਸ਼ਰਾ ਦੇ ਖਿਲਾਫ ਇੱਕ ਵੀ ਸਰਕਾਰ ਨੇ ਮਕਦਮਾ ਦਰਜ ਨਹੀਂ ਕੀਤਾ ਨੋਟ ਵੀ ਨਹੀਂ ਕੀਤਾ ਹੈਗਾ ਇਸ ਮਸਲੇ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਵੀ ਠੰਡੇ ਨੇ ਇਸ ਮਸਲੇ ਦੇ ਵਿੱਚ ਜਸਟਨ ਟਰੂਡੋ ਨੂੰ ਚਿੱਠੀਆਂ ਲਿਖਣ ਦਾ ਕੋਈ ਫਾਇਦਾ ਨਹੀਂ ਹੈ ਢਾਲੀਵਾਲ ਸਾਹਿਬ ਜਦ ਭਾਰਤ ਸਰਕਾਰ ਨੂੰ ਚਿੱਠੀਆਂ ਲਿਖਣ ਦਾ ਫਾਇਦਾ ਨਹੀਂ ਹੈ ਪਹਿਲਾਂ ਤੁਹਾਡੀ ਸਰਕਾਰ ਤੁਸੀਂ ਪਰਚਾ ਦਰਜ ਕਰਵਾ ਸਕਦੇ ਹੋ ਤੁਹਾਡਾ ਮਹਿਕਮਾ ਚਿੱਠੀ ਲਿਖ ਸਕਦਾ ਹੈ ਜਵਾਬ ਤਲਬ ਵੀ ਕਰ ਸਕਦਾ ਹੈ ਕੈਪਟਨ ਮੰਤਰੀ ਹੋ ਤੁਸੀਂ ਸਟੇਟਸ ਤੁਹਾਡਾ ਸਭ ਤੋਂ ਉੱਪਰ ਹੈਗਾ ਡੀਜੀਪੀ ਨੂੰ ਤਲਬ ਕਰ ਸਕਦੇ ਆਪਣੇ ਵਿਭਾਗ ਦੇ ਐਨਆਰਆਈ ਵਿਭਾਗ ਦੇ ਸਕੱਤਰ ਨੂੰ ਤਲਬ ਕਰ ਸਕਦੇ ਹੋ ਕਿ ਮੈਨੂੰ ਰਿਪੋਰਟ ਦਿੱਤੀ ਜਾਵੇ ਕਿ ਆਖਰ 700 ਬੱਚਿਆਂ ਦੇ ਪਵਿੱਖ ਦੇ ਨਾਲ ਜਿਨ੍ਹਾਂ ਲੋਕਾਂ ਨੇ ਖਲਵਾੜ ਕੀਤਾ ਅਸੀਂ ਪਰਚਾ ਕਿਉਂ ਨਹੀਂ ਦਰਜ ਕਰ पाए ਐਨਆਰਆਈ ਉਹ ਭਾਗ ਦੀ ਤੁਹਾਡੇ ਕੋਲ ਜ਼ਿੰਮੇਵਾਰੀ ਜੇ ਨਹੀਂ ਸਮਝੀ ਜਾਂਦੀ ਤੇ ਮੁੱਖ ਮੰਤਰੀ ਸਾਹਿਬ ਨੂੰ ਦੇ ਦਿਓ ਉਹਨਾਂ ਨੇ ਪਹਿਲਾਂ ਹੀ ਤੁਹਾਡੇ ਕੋਲ ਦੋ ਮਹਿਕਮੇ ਲੈ ਲਏ ਨੇ ਇਹ ਵੀ ਛੱਡ ਦਿਓ ਜੇ ਤੁਸੀਂ ਬੱਚਿਆਂ ਦਾ ਭਵਿੱਖ ਨਹੀਂ ਸਵਾਰਨਾ ਹੈਗਾ ਬੱਚਿਆਂ ਦੀ ਬਾਹ ਨਹੀਂ ਫੜਨੀ ਹੈਗੀ ਤੇ ਇਸ ਮਸਲੇ ਜਨਾ ਤੁਸੀਂ ਐਨਆਰਆਈ ਜਿਹੜੀ ਕੋਠੀ ਜਗਰਾਉਂਦੇ ਵਿੱਚ ਦੱਬਣ ਦੀ ਕੋਸ਼ਿਸ਼ ਹੋਈ ਉਸ ਮਸਲੇ ਦੇ ਵਿੱਚ ਤੁਸੀਂ ਚੁੱਪ ਤੁਹਾਡੀ ਮਜਬੂਰੀ ਜਿਹੜੀ ਆ ਚੁੱਪ ਦੀ ਉਹ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਹੈਗੀ ਕਿ ਆਖਰ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਜਿਹੜੇ ਬੜਕਾ ਮਾਰਦੇ ਸੀ ਜਿਨ੍ਹਾਂ ਨੇ ਵੱਡੇ ਵੱਡੇ 7 ਸਟਾਰ ਹੋਟਲ ਕਬਜ਼ਾ ਕਰਕੇ ਸਰਕਾਰੀ ਤੌਰ ਤੇ ਲੋਕਾਂ ਨੂੰ ਕਿਰਾਏ ਦੇ ਦੇਣਾ ਸੀ ਉਹ ਕੁਲਦੀਪ ਸਿੰਘ ਢਾਲੀਵਾਲ ਕਿੱਥੇ ਗਿਆ ਪੰਜਾਬ ਦਾ ਉਹ ਪੰਜਾਬ ਸਰਕਾਰ ਦਾ ਟ੍ਰਬਲ ਸ਼ੂਟਰ ਮੰਤਰੀ ਕਿੱਥੇ ਨੇ ਕਿੱਥੇ ਗਾਇਬ ਨੇ ਕਿੱਥੇ ਚੁੱਪ ਨੇ ਇਹ ਸਭ ਤੋਂ ਵੱਡਾ ਮਾਜਰਾ ਲੇਕਿਨ ਜਿਹੜੇ 700 ਦੇ ਕਰੀਬ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਨਾਲ 1.5 ਕਰੋੜ ਰੁਪਏ ਦੀ ਠੱਗੀ ਵੱਜੀ ਆ ਪਲੱਸ ਮਾਨਸਿਕ ਤੌਰ ਤੇ ਪੀੜਾ ਫਰਜੀ ਡਾਕੂਮੈਂਟ ਫਰਜੀ ਦਸਤਾਵੇ ਜਾਲੀ ਕਾਗਜ਼ਾਤ ਉਹਦੇ ਖਿਲਾਫ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਆਗੀ ਤੇ ਉੱਥੇ ਬੱਚੇ ਸੰਘਰਸ਼ ਕਰ ਰਹੇ ਨੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਸਿੰਘੂ ਟਿੱਕਰੀ ਗਾਜੀਪੁਰ ਵਰਗੇ ਹਾਲਾਤ ਬਣ ਗਏ ਸੀ ਬੱਚੇ ਰੋ ਰਹੇ ਰਹੀ ਸੀ ਕਿ ਜੇ ਰਿਪੋਰਟ ਕਰਤਾ ਸੀ ਕਰਾਂਗੇ ਕੀ ਹੱਲੇ ਤੇ ਮਾਪਿਆਂ ਦਾ 25-25 ਲੱਖ ਰੁਪਏ ਦਾ ਕਰਜ਼ਾ ਨਹੀਂ ਉਤਰਿਆ ਆਉਣਾ ਉਹਦਾ ਵਿਆਜ ਦਿੱਤਾਣਾ ਅਜੇ ਤਾਂ ਮੂਲ ਤੇ ਬਹੁਤ ਦੂਰ ਦੀ ਗੱਲ ਹੈ ਵਿਆਜ ਦੇਣਾ ਪੈ ਰੂਗਾ ਕਿਸੇ ਨੇ ਗਹਿਣਾ ਗੱਟਾ ਗਿਰਵੀ ਰੱਖਿਆ ਹੋਊਗਾ ਕਿਸੇ ਨੇ ਜ਼ਮੀਨ ਗਹਿਣੇ ਦਿੱਤੀ ਹੋਗੀ ਜਾਂ ਜ਼ਮੀਨ ਵੇਚੀ ਹੋਗੀ ਘਰ ਜਿਹੜਾ ਗਿਰਵੀ ਰੱਖ ਲਿਆ ਹੋਊਗਾ ਲੇਕਿਨ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਬਾਰੇ ਜਾਈਏ ਸਦਕੇ ਜਾਈਏ ਜਿਨ੍ਹਾਂ ਦੀ ਬਰਜੇਸ਼ ਮਿਸ਼ਰਾ ਦੇ ਨਾਲ ਯਾਰੀ ਜਗ ਜਾਰ ਹੋ ਗਿਆ ਬਰਜੇਸ਼ ਮਿਸ਼ਰਾ ਸਰਕਾਰ ਤੋਂ ਉੱਪਰ ਹੋ ਗਿਆ ਪੰਜਾਬ ਦੇ ਡੀਜੀਪੀ ਨਾਲ ਉੱਪਰ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਹੋ ਗਿਆ ਕੁਲਦੀਪ ਸਿੰਘ ਧਾਲੀਵਾਲ ਤੋਂ ਉੱਪਰ ਹੋ ਗਿਆ ਬਰਜੇਸ਼ ਮਿਸ਼ਰਾ ਕੀ ਅਰਵਿੰਦ ਕੇਜਰੀਵਾਲ ਦੇ ਦੇ ਖਿਲਾਫ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਕਿ ਇਹ ਪਾਰਟੀ ਦਾ ਕਨਵੀਨਰ ਆ ਆਮ ਆਦੀ ਪਾਰਟੀ ਦਾ ਬਰਜੇਸ਼ ਮਿਸ਼ਰਾ ਜਾਂ ਪਾਰਟੀ ਦਾ ਕੋਈ ਵਰਕਰ ਆ ਪਾਰਟੀ ਦਾ ਕੋਈ ਐਮਐਲਏ ਪਾਰਟੀ ਦਾ ਕੋਈ ਐਮਪੀ ਆ ਇਸ ਕਰਕੇ ਜਿਹੇ ਲੋਕਾਂ ਦੇ ਖਿਲਾਫ ਅਗਰ ਪੁਲਿਸ ਵਾਲਿਆਂ ਦੀਆਂ ਸਿਆਸੀ ਲੋਕਾਂ ਦੀਆਂ ਯਾਰੀਆਂ ਨੇ ਤੇ ਫਿਰ ਬੱਚਿਆਂ ਦਾ ਕੀ ਹੋਊਗਾ ਜਿਹੜੇ ਬੱਚੇ 700 ਬੱਚਾ ਉੱਥੇ ਰੋ ਰਿਆ ਜਿਨ੍ਹਾਂ ਨੂੰ ਹਾਲੇ ਕੈਨੇਡੀਅਨ ਗਵਰਨਮੈਂਟ ਨੇ ਜ਼ਰੂਰ ਉਹਨਾਂ ਨੂੰ ਕੇਸ ਸੁਣਵਾਈ ਵਾਸਤੇ ਪਾ ਦਿੱਤਾ ਹੈਗਾ ਪਰ ਹਲੇ ਤੱਕ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਐਨਆਰਆਈ ਵਿਭਾਗ ਨੇ ਕਾਰਵਾਈ ਨਹੀਂ ਕੀਤੀ ਹੈਗੀ ਪੰਜਾਬ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਹੈਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਚਾਹੀਦਾ ਸੀ ਕਿ ਉੱਥੇ ਜਲੰਧਰ ਆ ਕੇ ਜੇ ਧਰਨੇ ਦਿੰਦੇ ਕਿਸਾਨਾਂ ਨੂੰ ਸਾਰੇ ਮੁੱਦੇ ਚੁੱਕਣੇ ਪੈਣਗੇ ਜੇ ਸਰਬਜੀਤ ਕੌਰ ਮਾਨੂਕੇ ਵਾਲੀ ਜਿਹੜਾ ਕੋਠੀ ਐਨਆਰਆਈ ਦਾ ਉੱਥੇ ਵੀ ਕਿਸਾਨ ਹੁਣ ਕਿਸਾਨਾਂ ਨੂੰ ਲੜਾਈ ਹਰ ਲੜਨੀ ਪਏਗੀ ਪੰਜਾਬ ਦੀ ਪੋਲੀਟੀਕਲ ਪਾਰਟੀਆਂ ਨੂੰ ਲੜਾਈ ਲੜਨ ਦੀ ਕਿ ਉਹਨੂੰ ਸਿਰਫ ਉਦੋਂ ਹੀ ਲੜਨਗੇ ਜਦੋਂ ਪੌਣੇ 5 ਸਾਲ ਹੋ ਗਏ ਜਦੋਂ ਸਾਢੇ 26 ਸਾਲ ਹੋ ਗਏ 27ਵੇਂ ਸਾਲ 'ਚ ਜਦੋਂ 2027 ਚੜਨ ਵਾਲੀ ਉਦੋਂ ਪੰਜਾਬ ਦੇ ਬੁੱਧੇ ਆਉਣਗੇ ਕਾਲੀਦਾਨ ਨੂੰ ਚੇਤਾ ਭਾਜਪੀ ਨੂੰ ਕਾਂਗਰਸ ਪਾਰਟੀ ਨੂੰ ਕੀ ਆ ਬਰਜੇਸ਼ ਮਿਸ਼ਰਾ ਬੁੱਧਾ ਨਹੀਂ ਆ ਜਿਸ ਨੇ 700 ਬੱਚਿਆਂ ਦੇ ਨਾਲ ਆਰਥਿਕ ਤੇ ਮਾਨਸਿਕ ਤੌਰ ਤੇ ਨੁਕਸਾਨ ਕੀਤਾ ਉਹਨਾਂ ਨੂੰ ਪੀੜਾ ਸਦਮੇ 'ਚ ਬੱਚੇ ਚਲੇ ਗਏਗੇ ਕੀ ਇਹਦੇ ਖਿਲਾਫ ਕਾਰਵਾਈ ਕਰਨ ਵਾਸਤੇ ਪੋਲੀਟੀਕਲ ਪਾਰਟੀਆਂ ਨੂੰ ਧਰਨੇ ਨਹੀਂ ਦੇਣੇ ਚਾਹੀਦੇ ਦਫਤਰ ਜਲੰਧਰ ਘਰਾਉ ਨਹੀਂ ਕਰਨਾ ਚਾਹੀਦਾ ਸੀ ਡੀਜੀਪੀ ਦਾ ਸਰਕਾਰ ਦਾ ਜਲੰਧਰ ਪੁਲਿਸ ਦਾ ਇਸ ਮਸਲੇ ਦੇ ਵਿੱਚ ਲੱਗਦਾ ਹੈ ਕਿ ਪਰਦੇਸ਼ ਮਿਸ਼ਰਾ ਇੱਕ ਵੱਡੀ ਸ਼ੈਅ ਆ ਸਰਕਾਰ ਤੋਂ ਵੀ ਜਿਹੜੀ ਜਲਦੀ ਗਾਇਬ ਹੋ ਗਈ ਫਰਾਰ ਹੋ ਗਈ ਪੁਲਿਸ ਨੂੰ ਲੱਭਣ ਸੱਚ ਪੁਲਿਸ ਨੂੰ ਤੇ ਆਪਣੇ ਬੰਦੇ ਨਹੀਂ ਲੱਭਦੇ ਰਾਜੀਤ ਸਿੰਘ ਵਰਗੇ ਤੇ ਫਿਰ ਪਰਦੇਸ਼ ਮਿਸ਼ਰਾ ਕਿੱਥੋਂ ਲੱਭ ਜੂਗਾ ਸਵਾਲ ਆ ਬਹੁਤ ਸਾਰੇ ਕਿ ਆਖਰ ਇਹ 700 ਬੱਚਿਆਂ ਦੇ ਨਾਲ ਭੇਖ ਦਾ ਖਲਵਾੜ ਕਰਨ ਵਾਲਾ ਪਰਦੇਸ਼ ਮਿਸ਼ਰਾ ਕੀ ਆਮ ਆਦੀ ਪਾਰਟੀ ਦੇ ਵਿੱਚ ਉਹਦੀ ਪਹੁੰਚ ਆ ਜਾਂ ਪੰਜਾਬ ਪੁਲਿਸ ਦੇ ਵਿਚ ਪਹੁੰਚਾ ਕੌਣ ਉਹਦਾ ਮਾਈ ਬਾਪਾ ਜਿਹੜਾ ਵਰजेश ਮਿਸ਼ਰਾ ਨੂੰ ਵਿਚਾਰਿਆ ਫਰਜੀ ਦਸਤਾਵੇਜ਼ ਤਿਆਰ ਕਰਕੇ ਬਾਹਰ ਭੇਜਦੇ ਲੇਕਿਨ ਉਹਦੇ ਖਿਲਾਫ ਪਰਚਾ ਦਰਜ ਨਹੀਂ ਕੀਤਾਗਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਦੋਂ ਉਹਨਾਂ ਨੇ ਵਾਕਾਡੂ ਕੀਤਾ ਵਿਧਾਨ ਸਭਾ ਦੇ ਬਾਹਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਉਹ ਵਰजेश ਮਿਸ਼ਰਾ ਦਾ ਨਾਮ ਲੈਂਦੇ ਨੇ ਲੇਕਿਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਦੁੱਖ ਦਾ ਮਸਲਾ ਕਿ ਆਖਰ ਜੇ ਅਸੀਂ ਆਪਣੇ ਜਿਹੜੇ ਲੋਕ ਬੱਚੇ ਨੇ ਬਾਹਰ ਗਏ ਨੇ ਆਪਣਾ ਭਵੇਕ ਸਵਾਰਨਾ ਚਾਹੁੰਦੇ ਨੇ ਉਹਨਾਂ ਦੇ ਜਾਲੀ ਦਸਤਾਵੇਜ਼ ਤਿਆਰ ਕਰਕੇ ਉਹਨਾਂ ਨੂੰ ਮੌਦ ਦੇ ਖੂਚ ਸੁੱਟ ਦਿੱਤਾ ਗਿਆ ਪਰਦੇਸ਼ ਮਿਸ਼ਰਾ ਦੀ ਜਿਹੜੀ ਇਮੀਗ੍ਰੇਸ਼ਨ ਕੰਪਨੀਆ ਪੰਜਾਬ ਦੇ ਵਿੱਚ ਤੇ ਕਾਰਵਾਈ ਤਾਂ ਕਰਨੀ ਬੰਦੀ ਕਾਨੂੰਨ ਉਹਨੇ ਆਪਣੇ ਹੱਥਾਂ ਚ ਲਿਆ ਧੋਖਾ ਕੀਤਾ ਧੋਖਾ ਤੜੀਆ 420 ਆ ਠੱਗੀ ਆ ਲੇਕਿਨ ਪੁਲਿਸ ਨੇ ਪੰਜਾਬ ਪੁਲਿਸ ਨੇ ਉਸ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਜੇ ਪੰਜਾਬ ਪੁਲਿਸ ਕਾਰਵਾਈ ਨਹੀਂ ਕਰੂਗੀ ਪੰਜਾਬ ਸਰਕਾਰ ਨਹੀਂ ਕਾਰਵਾਈ ਕਰੂਗੀ ਤੇ ਫਿਰ ਕੌਣ ਕਰੂਗਾ ਭਾਰਤ ਸਰਕਾਰ ਕਾਰਵਾਈ ਕਰੂਗੀ ਜਾਂ ਫਿਰ ਕੈਨੇਡੀਅਨ ਗਵਰਨਮੈਂਟ ਸਰਕਾਰ ਕਾਰਵਾਈ ਕਰੂਗੀ ਦੇਖਦੇ ਆ ਬਰਜੇਸ਼ ਮਿਸ਼ਰਾ ਬਰਜੇਸ਼ ਮਿਸ਼ਰਾ ਦੇ ਕਿਹੜੇ ਯਾਰ ਪੁਲਿਸ ਦੇ ਵਿੱਚ ਬੈਠੇ ਨੇ ਜਾਂ ਕਿਹੜੇ ਯਾਰ ਸਰਕਾਰ 'ਚ ਬੈਠੇ ਆਗੇ ਨੇ ਉਹ ਜਿਹੜੇ ਚਿਹਰੇ ਨੇ ਉਹ ਪੰਜਾਬ ਦੀ ਜਨਤਾ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਆ ਕਿ ਆਖਰ 700 ਬੱਚਿਆਂ ਦਾ ਭਵਿੱਖ ਬਚ ਗਿਆ ਖਲਵਾੜ ਹੁੰਦਾ ਹੁੰਦਾ ਅੱਗੇ ਤੋਂ ਹੋਰ ਬੱਚਿਆਂ ਦੇ ਨਾਲ ਖਲਵਾੜ ਨਾ ਹੋਵੇ ਇਸ ਕਰਕੇ ਅਜਿਹੇ ਲੋਕਾਂ ਨੂੰ ਫੜਨ ਦੀ ਲੋੜ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਲੋੜ ਆ ਜੋ ਵਰਜੇਸ਼ ਮਿਸ਼ਰਾ ਦਾ ਨਾਮ ਪ੍ਰਤਾਪ ਸਿੰਘ ਬਾਜਵਾ ਨੇ ਬਬਾਕ ਹੋ ਕੇ ਬੋਲਿਆਗਾ ਇਸ ਬਬਾਕੀ ਤੇ ਅਜੇ ਪੰਜਾਬ ਦੇ ਲੀਡਰ ਜਿਹੜੇ ਪੰਜਾਬ ਦੇ ਮੁੱਦੇ ਠਾਉਂਦੇ ਆਗੇ ਨੇ ਉਹਨਾਂ ਮੁੱਦਿਆਂ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਦੀ ਜ਼ਰੂਰਤ ਆ ਜਲਦੀਪ ਸਿੰਘ ਧਾਲੀਵਾਲ ਸਾਹਿਬ ਨੂੰ ਤੇ ਡੀਜੀਪੀ ਗੌਰਵ ਜაძਾ ਸਾਹਿਬ ਨੂੰ ਜ਼ਰੂਰ ਇਸ ਤੇ ਐਕਸ਼ਨ ਲੈਣਾ ਚਾਹੀਦਾਗਾ ਫਿਲਹਾਲ ਬਾਬਾ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ